ਗੁਰੂ ਰੂਪਿਆਰੀ ਸਾਧ ਸੰਗਤ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਆਪਣੇ ਮਨ ਨਾਲ ਗੱਲ ਹੁਣ ਤਾਂ ਮੇਰੇ ਤੇ ਮਿਹਰ ਕਰੋ ਮੈਨੂੰ ਛੱਡੋ ਆਪਨੇ ਮੈਨੂੰ ਬੜਾ ਪੁਲਾਇਆ ਆਖਿਰ ਆਪ ਕੀ ਕਹਿੰਦੇ ਹੋ ਜੇ ਮੈਂ ਰੱਬ ਨੂੰ ਆਖਾਂ ਅਰਦਾਸ ਕਰਾਂ ਕਿ ਮੈਨੂੰ ਉਹਨਾਂ ਉਲਝਣਾਂ ਵਿੱਚੋਂ ਕਢੋ ਜਿਸ ਵਿੱਚ ਆਪਨੇ ਪਾਇਆ ਤਦ ਆਪ ਘੜੀ ਦੀ ਘੜੀ ਟਿਕ ਜਾਂਦੇ ਹੋ ਕਈ ਵੇਰ ਆਪਨੇ ਖੂਹ ਵਿੱਚ ਸੁੱਟਿਆ ਕਈ ਵੇਰ ਅਰਦਾਸ ਕੀਤੀ ਕਈ ਵੇਰ ਰੱਬ ਜੀ ਆਏ ਉਹਨਾਂ ਦੇ ਹੱਥ ਚਿਕੜ ਨਾਲ ਲਿਬੜੇ ਮੈਨੂੰ ਭੁੱਲੇ ਨੂੰ ਕਢਿਆ ਫਾਥੇ ਨੂੰ ਆਜ਼ਾਦ ਕੀਤਾ ਸੰਕਲਪ ਮੇਰੇ ਅਨੇਕ ਉਨਾ ਸੰਕਲਪਾਂ ਦੀ ਪੂਰਤੀ ਦਾ ਮੀ ਪਾਇਆ ਪਰ ਆਪ ਆਪਣੀਆਂ ਸ਼ੈਤਾਨੀਆਂ ਸ਼ਰਾਰਤਾਂ ਤੇ ਬਾਜ਼ ਨਾ ਆਏ ਕਿ ਗੈਟੇ ਦੇ ਫਾਉਸਟ ਵਿੱਚ ਸ਼ੈਤਾਨ ਦੇ ਰੂਪ ਦੀ ਛਾਇਆ ਆਪ ਦਾ ਇੱਕ ਵਟਾਂਦਰਾ ਤਾਂ ਨਹੀਂ ਉਹ ਬਚਪਨ ਹੀ ਚੰਗਾ ਸੀ ਜਦ ਆਪ ਨਾਲ ਵਾਕਫੀਅਤ ਨਹੀਂ ਹੋਈ ਸੀ ਚੰਨ ਨੂੰ ਵੇਖ ਕੇ ਕਾਉ ਪਰ ਪਿਆਈ ਅੰਗੂਠਾ ਮੂੰਹ ਵਿੱਚ ਪਾਇਆ ਮੈਂ ਹੱਸਦਾ ਸਾਂ ਦੁੱਖ ਕੀ ਸਨ બસ ਇੱਕ ਭੁੱਖ ਜਦ ਭੁੱਖ ਲੱਗਦੀ ਸੀ ਤਦ ਰੋਹ ਦੇਂਦਾ ਸਾਂ ਮਾਂ ਵਿਚਾਰੀ ਮਮਤਾ ਦੀ ਮਾਰੀ ਦੁੱਧ ਪਿਲਾ ਦਿੰਦੀ ਸੀ ਸਾਫ ਸੁਥਰਾ ਵੀ ਕਰ ਜਾਂਦੀ ਸੀ ਇੱਕ ਪੂਰੀ ਸੰन्यास ਅਵਸਥਾ ਸੀ ਆਪਣਾ ਦੇਹ ਅਭਿਆਸ ਕੋਈ ਨਹੀਂ ਸੀ ਜਦ ਮਾਂ ਦੀ ਕੁੱਖਣ થી ਉਤਰ ਆਪਣੀ ਪੈਰੀ ਚੱਲਣ ਲੱਗਾ ਤਾਂ ਜ਼ਿੰਦਗੀ ਕੋਈ ਵਬਾਲ ਨਹੀਂ ਸੀ ਦਿਸਦੀ ਟੜਾਗੀ ਵਿੱਚ ਨਿੱਕੀਆਂ ਨਿੱਕੀਆਂ ਚਾਂਦੀ ਦੀਆਂ ਘੁੰਗਰੀਆਂ ਲੱਗੀਆਂ ਵੱਜਦੀਆਂ ਜਾਂਦੀਆਂ ਸਨ ਜਦ ਮੈਂ ਟੁਰਦੀ ਸੀ ਆਵਾਜ਼ ਸੋਹਣਾ ਲੱਗਦਾ ਸੀ ਮੈਂ ਦੌੜਦਾ ਖੁਸ਼ ਹੁੰਦਾ ਸੀ ਦੁਨੀਆ ਬਸ ਮੇਰੇ ਆਪਣੇ ਮਚਾਏ ਸ਼ੋਰ ਸੀ ਮੈਂ ਹੈਰਾਨ ਹੁੰਦਾ ਸਾਂ ਕਿ ਇਹ ਲੋਕੀ ਕਿਦਰ ਭੱਜੀ ਫਿਰਦੇ ਹਨ ਸਭ ਕੁਝ ਤਾਂ ਮੇਰੇ ਕਦਮ-ਕਦਮ ਚੱਲਣ ਵਿੱਚ ਹੱਸਣ ਵਿੱਚ ਤੇ ਜ਼ਮੀਨ ਤੇ ਪੈ ਲੋਟ ਕੇ ਖਿੜਖਿੜ ਦਿਸਣ ਵਿੱਚ ਹੈ ਸੋ ਬਹਿਸ਼ਤ ਮੇਰਾ ਹਾਲੇ ਵੀ ਨਹੀਂ ਸੀ ਮੈਂ ਥੋਂ ਖੁਸਿਆ ਜੇ ਆਪ ਨੇ ਖਿਸਕਾਣਾ ਆਰਾਮ ਦਿੱਤਾ ਸੀ ਤਾਂ ਵੀ ਮੈਨੂੰ ਪਤਾ ਨਹੀਂ ਸੀ ਲੱਗਾ ਬਾਲਪਨ ਗਿਆ ਲੜਕਪਨ ਆਇਆ ਮਾਪਿਆਂ ਨੇ ਪੜਨ ਪਾਇਆ ਕਦੇ ਮਸੀਤੇ ਕਲਿਆ ਕਦੀ ਧਰਮਸਾਲੇ ਅੱਖਰ ਅਨੋਖੇ ਲੱਗੇ ਤੇ ਮੁੜ ਮੁੜ ਬੋਲ ਬੋਲ ਮੁੜ ਮੁੜ ਲਿਖ ਲਿਖ ਕੇ ਮਸੋ ਸੰਜਾਤੇ ਇੱਕ ਦੁਨੀਆ ਸੀ ਵੱਡੀ ਇੱਕ ਕਿਤਾਬ ਕੋਈ 100 ਸਫੇ ਦੀ 18 ਇੰਚ ਬਾਈ 22 ਇੰਚ ਸਾਈਜ਼ ਦੀ ਭਾਵੇਂ ਜ਼ਿਲ੍ਹਾ ਹਜ਼ਾਰੇ ਦੀ ਮਿਸਲ ਬੰਦੋਬਸਤੀ ਹੋਵੇ ਪਈ ਸੀ ਤੇ ਚਾਹੀ ਚਾਹੀ ਮੈਂ ਕੁਝ ਡਰਦਾ ਡਰਦਾ ਕੁਝ ਦਲੇਰੀ ਕਰਕੇ ਖੋਲ ਕੇ ਸੰਜਾਤੇ ਅਰਫਾਂ ਨੂੰ ਵੇਖਦਾ ਸੀ ਜਿਸ ਤਰ੍ਹਾਂ ਲੰਡਨ ਜੈਸੇ ਸ਼ਹਿਰ ਵਿੱਚ ਫਿਰ ਫਿਰ ਜਦ ਕੋਈ ਆਪਣਾ ਜਾਣ ਪਛਾਣ ਮਿਲੇ ਤੇ ਖੁਸ਼ੀ ਹੁੰਦੀ ਹੈ ਉਵੇਂ ਉਹਨਾਂ ਹਰਫਾਂ ਦੇ ਜੰਗਲ ਵਿੱਚ ਜਦ ਅਲਫ਼ ਜਾਂ ਬੇ ਦੇ ਦਰਸ਼ਨ ਹੁੰਦੇ ਸਨ ਤਦ ਮਾਂ ਤੇ ਪਿਓ ਦੋਹਾਂ ਨੂੰ ਖੁਸ਼ੀ ਵਿੱਚ ਚੀਖ ਮਾਰੀਦਾ ਸੀ ਕਿ ਉਹ ਅਲਫ਼ ਮਿਲੀ ਉਹ ਬੇ ਮਿਲੀ ਤੇ ਐਉਂ ਕਿਤਾਬਾਂ ਵਿੱਚ ਬੰਦੇ ਮਿਲਣ ਲੱਗ ਗਏ ਇਹ ਸ਼ਹਿਰਾਂ ਵਰਗੀਆਂ ਚੀਜ਼ਾਂ ਸਨ ਪਰ ਭਲੇ ਕਦੀ ਨਾ ਸੀ ਮੋਲਵੀ ਜੀ ਸਾਹਿਬ ਘੋੜੇ ਤੇ ਜਾ ਰਹੇ ਹਨ ਉਹ ਲੰਮੀ ਦਾੜੀ ਸੋਹਣੀ ਪਗੜੀ ਤੇ ਉਹ ਮੋਲਵੀਆਂ ਵਾਲਾ ਵਟਿਆ ਜਾਂ ਮੂੰਹ ਦਿਸ ਪੈਂਦਾ ਸੀ ਜੇ ਮਾਲੀ ਕੋਲ ਜਾ ਖਲੋਤੇ ਹਾਂ ਤਾਂ ਉਸ ਵਿਚਾਰੇ ਕੋਈ ਗੱਲ ਹੀ ਦਸੀ ਤੇ ਸਾਡੀਆਂ ਖੁਸ਼ੀਆਂ ਉਸੇ ਵਿੱਚ ਹੀ ਸਨ ਉਹ ਪਿਓ ਆਇਆ ਤੇ ਇੱਕ ਬੱਲਾ ਤੇ ਗੇਂਦ ਲੈ ਆਇਆ ਬਸ ਦੋਹਾਂ ਰੂਸਾਂ ਦਾ ਰਾਜ ਮਿਲ ਗਿਆ ਮਾਂ ਅੱਜ ਇਨਸਪੈਕਟਰ ਨੇ ਸਕੂਲ ਆਉਣਾ ਹੈ ਤੇ ਵੱਡੇ ਮਾਸਟਰ ਨੇ ਆਖਿਆ ਹੈ ਪਗੜੀਆਂ ਗੁਲਾਬੀ ਹੋਣ ਕੋਟ ਪੀਲੇ ਹੋਣ ਤੇ ਪਜਾਮੇ ਚਿੱਟੇ ਹੋਣ ਨਵੀਂ ਜੁੱਤੀ ਹੋਵੇ ਕਿਤਾਬਾਂ ਸਾਰੀਆਂ ਸਾਫ਼ ਹੋਣ ਸਲੇਟ ਪੈਨਸਲ ਹੋਵੇ ਮਾਂ ਨੇ ਪਹਿਣਾ ਨੂੰ ਕਿਹਾ ਗੰਗਾ ਉਠੀ ਲਾਜੋ ਉਠੀ ਉਹਨਾਂ ਨੇ ਸਭ ਕੱਪੜੇ ਬਣਾ ਦਿੱਤੇ ਬਸਤਾ ਪੂਰਾ ਕਰ ਦਿੱਤਾ ਗਈ ਗਵਾਚੀ ਚੀਜ਼ਾਂ ਬਾਜ਼ਾਰੋਂ ਮੰਗਾ ਵਿਚਾਰੀਆਂ ਵੀਰ ਨੂੰ ਤੋਰਿਆ ਤੇ ਹੁਣ ਇਹ ਪਤਾ ਨਹੀਂ ਕਿ ਇਨਸਪੈਕਟਰ ਸਾਹਿਬ ਪੁੱਛਿਆ ਕੀ ਤੇ ਉਹ ਗੱਲ ਕੀ ਸੀ ਜਿਸ ਲਈ ਸਾਡੇ ਕੱਪੜਿਆਂ ਤੇ ਬਸਤਿਆਂ ਦੀਆਂ ਦੁਨੀਆਂ ਹਿਉ ਮਾਸਟਰ ਸਾਹਿਬ ਨੇ ਉਲਟ ਪੁਲਟ ਕਰਾਈ ਪਰ ਇਨਾਂ ਯਾਦ ਹੈ ਕਿ ਬੂੰਦੇ ਦੇ ਲੱਡੂ ਪੰਜ-ਪੰਜ ਮਿਲੇ ਸਨ ਤੇ ਬਸ ਖੁਸ਼ੀ ਪੂਰੀ ਹੋ ਚੁੱਕੀ ਸੀ ਸਾਥੀਆਂ ਖਾਣ ਨਾ ਦਿੱਤੇ ਕਿਸੇ ਗੁੱਸੇ ਹੋ ਕੇ ਤੇ ਕਿਸੇ ਮਿੱਠੇ ਬਚਨ ਕਹਿ ਕੇ ਕਿਸੇ ਥੱਪਣ ਮਾਰ ਕੇ ਕਿਸੇ ਪਗੜੀ ਦੀ ਢੇਲੀ ਹੋ ਗਈ ਸੀ ਚੰਗੀ ਤਰ੍ਹਾਂ ਮੁੜ ਬਨ ਕੇ ਸਾਡੇ ਲੱਡੂ ਮਿਤਰਾ ਨੇ ਉਡਾਏ ਪਰ ਉਸੇ ਖੁਸ਼ੀ ਵਿੱਚ ਘਰ ਗਏ ਭੈਣਾ ਨੇ ਜੀ ਆਇਆਂ ਨੂੰ ਕਿਹਾ ਦਿਨ ਇਉ ਲੰਗੇ ਅੱਧੀ ਰਾਤ ਤੱਕ ਨਿੱਕੇ ਨਿੱਕੇ ਦੀਵੇ ਬਾਲ ਕੇ ਪੜਦੇ ਰਹੇ ਸਵਾਲ ਕੱਢਦੇ ਰਹੇ ਜਮਾਤਾਂ ਚੜ੍ਹਦੇ ਰਹੇ ਥੋੜੀ ਜੀ ਕੀਰਤੀ ਆਪਣੇ ਸ਼ਹਿਰ ਵਿੱਚ ਸੀ ਕਿ ਮੁੰਡਾ ਕਿੰਨਾ ਸੋਹਣਾ ਹੈ ਤੇ ਕਿੰਨਾ ਮਿਹਨਤੀ ਹੈ ਤੇ ਕੋਈ ਕਹਿੰਦਾ ਸੀ ਚੁੱਪ ਕਿਉਂ ਹੈ ਤੇ ਕੋਈ ਕਹਿੰਦਾ ਸੀ ਬੜਾ ਸ਼ਰਾਰਤੀ ਹੈ ਆਪਣੀ થી ਵੱਡਿਆਂ ਦੇ ਸਾਹਮਣੇ ਭਲੇ ਮਨ ਹੱਸ ਤੇ ਚੁੱਪ ਤੇ ਆਪਣੇ ਜੇ ਨਾਲ ਉਹ ਉਦਮ ਮਚਾਣਾ ਕਿ ਬਸ ਧਰਤੀ ਨੂੰ ਉਲਟ ਕੇ ਅਸਮਾਨ ਹੀ ਬਣਾ ਦੇਣਾ ਹੈ ਮੈਨੂੰ ਚੇਤੇ ਨਹੀਂ ਆਪ ਨਾਲ ਤਦ ਤੱਕ ਜਦ ਤੱਕ ਕਿਤਾਬਾਂ ਦੇ ਸ਼ਹਿਰਾਂ ਵਿੱਚ ਰਹਿੰਦੇ ਸਾਂ ਜਾਣ ਪਹਿਚਾਨ ਨਹੀਂ ਸੀ ਤੇ ਆਪ ਉਹਨਾਂ ਸ਼ਹਿਰਾਂ ਨੂੰ ਸ਼ਾਇਦ ਕਦੀ ਨਹੀਂ ਗਏ ਮੁਕਦੀ ਗਲ ਜਾਂ ਕੁਆਰੀ ਤਾਂ ਚਾਓ ਵਿਹਾਈ ਤਾਂ ਮਾਮਲੇ ਪਤਾ ਨਹੀਂ ਆਦਮ ਆਵਾ ਦੀ ਕਹਾਣੀ ਮੇਰੀ ਤਾਂ ਕਹਾਣੀ ਨਹੀਂ ਤੇ ਉਹ ਪਰਮਾਨ ਵਾਲੇ ਆਪ ਹੀ ਤਾਂ ਨਹੀਂ ਸੋ ਜਿਵੇਂ ਮਾਰਕੀਟ ਵਿੱਚ ਆਪਣੀ ਸੋਹਣੀ ਤੇ ਹਸਾਸ ਆ ਮਾਰ ਦੇਣ ਵਾਲੀ ਪੋਥੀ ਡਾਇਰੀ ਆਫ ਐਡਮ ਵਿਚ ਚਿੱਤਰ ਖਿੱਚਿਆ ਹੈ ਕੁਝ ਕਬਰਾਹਟ ਤਦ ਦੀ ਆਰੰਭ ਹੋਈ ਜਦ ਪਿੱਪਲ ਹੇਠ ਉਹ ਦੇਖੀ ਜਿਹੜੀ ਅੱਗੇ ਵਾਕਫ ਨਹੀਂ ਸੀ ਉਹ ਹਸੀ ਤੇ ਤੁਸਾਂ ਆਖਿਆ ਖਲੋ ਜਾ ਤੇ ਮੈਂ ਖਲੋ ਗਿਆ ਇਹ ਕੌਣ ਸੀ ਮਾਰਟਵਨ ਦੇ ਆਦਮੀ ਨੂੰ ਵੀ ਮੇਰੇ ਵਰਗਾ ਕਬਰਾ ਪਿਆ ਪਰ ਕਬਰਾ ਵਿੱਚ ਦਰਦ ਵੀ ਸੀ ਦਰਦੀਣ ਵੀ ਸੀ ਕੁਝ ਖਿੱਚ ਵੀ ਸੀ ਚਾਵੀ ਸੀ ਸਵਾਦ ਵੀ ਸੀ ਤੇ ਬੰਦਨ ਵੀ ਸੀ ਬੜੀ ਕੁਝ ਮਿਲਵੀਂ ਜੀ ਅਵਸਥਾ ਸੀ ਪਰ ਭੈ ਨਹੀਂ ਸੀ ਉਹਨਾਂ ਨੈਣਾਂ ਵਿੱਚ ਇਕਰਾਰ ਸੀ ਕਿ ਜੀਣ ਸੱਚਾ ਉਹਨਾਂ ਨੈਣਾਂ ਵਿੱਚ ਹੈ ਮੇਰੇ ਦਿਲ ਦੀ ਧੜਕਣ ਵਿੱਚ ਜੀਣ ਨਹੀਂ ਸੋ ਜਦ ਦੇ ਉਹ ਤੱਕੇ ਤਦ ਦੇ ਪਿੱਛੇ ਪਿੱਛੇ ਰਹਿਣ ਵਾਲੇ ਆਪਣੇ ਪਰਛਾਵੇਂ ਵਾਂ ਆ ਪਤਾ ਨਹੀਂ ਕਿੱਥੋਂ ਉਗਮ ਪਏ ਤੇ ਸਾਡੇ ਨਾਲ ਨਾਲ ਰਹੇ ਸੋ ਜੋ ਜੋ ਤੁਸੀਂ ਕਹੇ ਗਏ ਅਸੀਂ ਮੰਨੀ ਗਏ ਆਪ ਦੇ ਦਿੱਤੇ ਸਿਖਾਏ ਗਿਆਨ ਦਾ ਇਹ ਫਲ ਹੋਇਆ ਕਿ ਬਚਪਨ ਵਾਲਾ ਸੰन्यास ਤੇ ਸ਼ਰੀਰ ਦੀ ਬੇਸੁੱਧ ਦੀ ਪੂਰਣ ਅਵਸਥਾ ਗਈ ਜਾ ਚੁੱਕੀ ਸੀ ਬਾਲਪਨ ਦਾ ਸਾਡਾ ਸੰਸਾਰ ਮੁੱਕਾ ਲੜਕਪਨ ਦੀ ਦੁਨੀਆ ਕਿਤਾਬਾਂ ਦੇ ਸ਼ਹਿਰਾਂ ਮੈਲਾਂ ਦੇ ਸਹਿਰ ਹੋ ਚੁੱਕੇ ਆਪ ਦੇ ਕਹਿਣੇ ਮੁਜਬ ਆਪੇ ਦੀ ਗਿਆਤ ਹੋਈ ਸ਼ੀਸ਼ੇ ਨੂੰ ਤੱਕਿਆ ਅੱਖਾਂ ਪਰ ਵਟੇ ਕਪੂਲ ਹੋਠ ਤੱਕੇ ਆਪ ਹੀ ਤੱਕੇ ਆਪਿ ਹੱਸੇ ਖੁਸ਼ ਹੋਏ ਡੋਲੇ ਤੱਕੇ ਕਪੜੇ ਪਾਏ ਪੱਗਾਂ ਬਧੀਆਂ ਜਾਤਾ ਅਸੀਂ ਵੀ ਕੋਈ ਹਾਂ ਹੋਏ ਤਾਂ ਹੀ ਨਾ ਉਹ ਪਿਪਲ ਹੇਠ ਜਾਂਦੀ ਸੁੰਦਰੀ ਸਾਨੂੰ ਵੇਖ ਹੱਸੀ ਤੇ ਸਾਨੂੰ ਚਾਹਿਆ ਜਾਨ ਆਇਆ ਤੇ ਸਾਡਾ ਅੰਦਰਲਾ ਸਵਰਗ ਉੱਡ ਗਿਆ ਹੁਣ ਸਵਰਗ ਉਸ ਸੁੰਦਰੀ ਦੇ ਨੈਣਾਂ ਵਿੱਚ ਸੀ ਅੱਗੇ ਅੱਗੇ ਉਹ ਮਗਰ ਮਗਰ ਅਸੀਂ ਤੇ ਸਾਡੇ ਮਗਰ ਮਗਰ ਤੁਸੀਂ ਸਾਰੀ ਉਮਰ ਬੀਤੀ ਅੱਗੇ ਸੰਭਲ ਚਲੋ ਨਨ ਲਾਲਾ ਜੋ ਬੀਤੀ ਸੋ ਬੀਤੀ ਪਰ ਨਹੀਂ ਆਪ ਪਿੱਛਾ ਨਹੀਂ ਛੱਡਦੇ ਜਦ ਵਿਪਤਾ ਆਈ ਤੁਸਾਂ ਆਖਿਆ ਕਰੋ ਰੱਬ ਨੂੰ ਯਾਦ ਤੇ ਆਪ ਉਸੇ ਵੇਲੇ ਛਾਈ ਮਾਈ ਜ਼ਰੂਰ ਹੋ ਗਏ ਰੱਬ ਜੀ ਤਾਂ ਇਉਂ ਦਿਸਦਾ ਹੈ ਕਿ ਸਦਾ ਉਡੀਕਵਾਨ ਹਨ ਕਿ ਕਿਹੜੇ ਵੇਲੇ ਕੋਈ ਬੁਲਾਵੇ ਤੇ ਉਹ ਤੇ ਉਹ ਪਾਏ ਪਿਆ ਤਾਏ ਸੋ ਬੜਿਆਂ ਬਣਿਆ ਜਾਲਾਂ ਵਿੱਚ ਫਸਿਆ ਨੂੰ ਮੈਨੂ ਤੇ ਉਸ ਸੁੰਦਰੀ ਨੂੰ ਰੱਬ ਨੇ ਕਢਿਆ ਪਰ ਜਦ ਜਰਾ ਸੁਰਤਾਈ ਕੋਈ ਨਾ ਕੋਈ ਸੰਕਲਪ ਸੋਨਾਰਾਮ ਬਣ ਵਿਚਾਇ ਸੁਨਹਿਰੀ ਹਿਰਨ ਵਾਂਗ ਆਪਨੇ ਆਖੜਾ ਕੀਤਾ ਮੁੜ ਉਹੀ ਗੱਲ ਉਹੀ ਆਪ ਦੇ ਚੋਹਲ ਚਲੋ ਭਾਈ ਇਸ ਹਿਰਨ ਨੂੰ ਮਾਰੋ ਹਜ਼ਾਰਾਂ ਦਲੀਲਾਂ ਆਪਨੇ ਸਾਹਮਣੇ ਲਿਆ ਖੜੀਆਂ ਕੀਤੀਆਂ ਐਸੇ ਦਲਾਂ ਦੇ ਦਲ ਆਏ ਕਿ ਮੁੜ ਕੋਈ ਪੇਸ਼ ਨਾ ਗਈ ਤਨੁਖ ਤੇ ਤੀਰ ਲੈ ਮੁੜ ਚੱਲੇ ਅਸੀਂ ਹਿਰਨ ਗਿਆ ਅੱਗੇ ਅੱਗੇ ਤੇ ਅਸੀਂ ਖوار ਹੋਏ ਡੂੰਗਰਾ ਬੋਲਿਆਂ ਤੇ ਜੂਹਾ ਵਿੱਚ ਹਾਰ ਕੇ ਚਖ ਮਾਰ ਕੇ ਥੱਕ ਕੇ ਟੁੱਟ ਕੇ ਸ਼ਾਮਾ ਨੁਕਾਰ ਹੈ ਆਪ ਉਸ ਵਕਤ ਫਿਰ ਛਾਈ ਮਾਈ ਮੁੜ ਸਾਡਾ ਇੱਕ ਇਕੱਲਾ ਰਬ ਮੁੜ ਉਹ ਰੂਹ ਦੀ ਆਰਾਧਨਾ ਓਏ ਹੁਣ ਸੰਵਲ ਥੱਕੀ ਜੀ ਉਹ ਕਦੇ ਨਾ ਬੋਲੇ ਕਉੜਾ ਰਬ ਜੀ ਨੂੰ ਜਦ ਅਰਾਧਿਆ ਉਹੋ ਠੰਡ ਉਹੋ ਮਿਠਾਸ ਉਹੋ ਦਇਆ ਉਹੋ ਨਰਮੀ ਉਹੋ ਪਰਉਪਕਾਰ ਉਹੋ ਤਰਸ ਉਹੋ ਜੀਵਨ ਦੀ ਕਣੀ ਦਾ ਮੁਰਦਾਨ ਤੇ ਜਦ ਪ੍ਰਭਾਤ ਦਿਲ ਦੇ ਕਲਸ਼ ਉਤੇ ਆਈ ਸਾਡੇ ਅੰਦਰ ਦੇ ਮੰਦਰ ਦੇ ਕਲਸ਼ ਉਸ ਪ੍ਰਭ ਜੋਤ ਦਿਵਯ ਸੋਨੇ ਨਾਲ ਚਮਕੇ ਆਪ ਪੂਜਾ ਦੀ ਢੜੀ ਵੀ ਆਣ ਖੜਿਓ ਨਿਤ ਨਵਾਂ ਸੰਕਲਪ ਰਜਕੇ ਸਾਹਮਣੇ ਕੀਤਾ ਹੁਣ ਕੀ ਬੁਰਾ ਸਾਡਾ ਹਾਲ ਬਣਾਇਆ ਇਨ੍ਹਾਂ ਵਿਦੇਸ਼ੀਆਂ ਉਮਰਾਂ ਦਾ ਸੂਰਜ ਢਲ ਗਿਆ ਪਰ ਆਪ ਦੀ ਇਹ ਸੰਕਲਪ ਮਾਇਆ ਨਾ ਮੁਕੀ ਪਰ ਨਾ ਮੁਕੀ ਅਜ ਇਹ ਕਲ ਉਹ ਕਦੀ ਹਿਮਾਲਾ ਨੂੰ ਚੀਰੋ ਕਦੀ ਗੰਗਾ ਲੈ ਆਓ ਹੁਣ ਇਹਨੂੰ ਸੁਕਾਵੋ ਹੁਣ ਮੀਂਹ ਦੀ ਲੋੜ ਹੈ ਨਹੀਂ ਹੁਣ ਧੁੱਪ ਦੀ ਲੋੜ ਹੈ ਅੱਜ ਕੱਪੜਾ ਤੇ ਕੱਲ ਗਹਿਣਾ ਅੱਜ ਮਕਾਨ ਕੱਲ ਮੰਦਰ ਆਖਿਰ ਜਿਵੇਂ ਭਰਤਰੀ ਜੀ ਨੇ ਲਿਖਿਆ ਹੈ ਵੋਏ ਮਨਾ ਮੇਰਿਆ ਕੀ ਬਣਾਇਆ ਈ ਤਪਨਾ ਤਪੇ ਅਸਾਂ ਨੇ ਤਪਮਾਂ ਸਾਨੂੰ ਤਪ ਲਿਆਈ ਭੋਗ ਨਾ ਪੋਗੇ ਅਸਾਂ ਨੇ ਭੋਗਾ ਨੇ ਭੋਗ ਲਿਆਈ ਇੱਛਾ ਨਾ ਪੂਰੀਆਂ ਸਾਥੀ ਇੱਛਾਵਾਂ ਨੇ ਪੂਰ ਲਿਆਈ ਹੁਣ ਕੇ ਸਤੋਲੇ ਹੋ ਗਏ ਹਨ ਸ਼ਰੀਰ ਝੁਰੜੀ ਖਾ ਚੁੱਕਾ ਹੈ ਪਰ ਆਪ ਉਪਸਥਿਤ ਉਹ ਸੁੰਦਰੀ ਜਿਹੜੀ ਸਾਡੇ ਨਾਲ ਚੰਗੀ ਨਿਭੀ ਸਾਡੇ ਸੁਭਾਅ ਦੀ ਤਤ ਠੰਡ ਊਚ ਨੀਚ ਸਭ ਕੁਝ ਸਿਆ ਆਪਣੀ ਜਿੰਦ ਜਾਨ ਅਸਾਥੀ ਵਾਰੀ ਕੋਲ ਕਮਾਈ ਜਦ ਕਦੀ ਬਿਮਾਰ ਹੋਏ ਸਾਰੀਆਂ ਰਾਤਾਂ ਜਾਗੀ ਸਾਡੀ ਸੇਵਾ ਲਈ ਤਪ ਸਾਦੇ ਜੋਗ ਜੋਗ ਕਮਾਏ ਆਪਣਾ ਸਾਰਾ ਜੀਵਨ ਸਾਡੀ ਖਾਤਰ ਹਲਾਲ ਕਰ ਦਿੱਤਾ ਉਹ ਤਾਂ ਉਹ ਜੰਗਲ ਵਿੱਚ ਸਨੀਆ ਲੱਕੜਾਂ ਚੁੰੜ ਰਹੀ ਹੈ ਕਿ ਰਾਤ ਦੀ ਰੋਟੀ ਪੱਕੇ ਤੇ ਆਪ ਸਾਨੂੰ ਮੁੜ ਕਿਸੇ ਨਵੇਂ ਪਿੱਪਲ ਹੇਠ ਇੱਕ ਹੋਰ ਖੜੀ ਦੱਸ ਰਹੇ ਹੋ ਠੀਕ ਆਪ ਸੁਫਨੇ ਜੇ ਵਿੱਚ ਮਰਦੀ ਵੇਰ ਚੇਤੇ ਕਰਾ ਰਹੇ ਹੋ ਕਿ ਉਹ ਉਹ ਸੀ ਤੇ ਉਸ ਵੱਲ ਮੁੜ ਮੁੜ ਤੱਕ ਕੇ ਉਹ ਪਰੇ ਖੜਾ ਇੱਕ ਗੱਭਰੂ ਇਹ ਅਸੀਸਾਂ ਤੇ ਆਪ ਦੀ ਅਗਵਾਈ ਤੇ ਸਲਾਮ مشورے ਵੀ ਦੇਖੋ ਅਸੀਂ ਕਿਸ ਮੂਹ ਨਾਲ ਆਪਣੇ ਰਬ ਦੀ ਦਰਗਾਹੇ ਜਾ ਰਹੇ ਹਾਂ ਆਪ ਜੇਕਰ ਨਾ ਕੁਝ ਇਹੋ ਜਿਹਾ ਸਬਕ ਦੇਂਦੇ ਤਤਾਂ ਪਤਾ ਲੱਗਦਾ ਕਿ ਆਪ ਵੀ ਬੁੱਢੇ ਹੋ ਚੁੱਕੇ ਹੋ ਤੇ ਕੁਝ ਹਮਦਰਦੀ ਉਹਨਾਂ ਨਾਲ ਆਈ ਜਿਨ੍ਹਾਂ ਨੂੰ ਆਪ ਨੇ ਇੰਨਾ ਬੇਰਹਿਮੀ ਨਾਲ ਕੋਇਆ ਹੈ ਪਰ ਨਹੀਂ ਆਪ ਹਾਲੇ ਵੀ ਕੁਝ ਮੁਸਕਰਾ ਰਹੇ ਹੋ ਔਰ ਆਪ ਲੱਛਣਾ ਵਰਤੀ ਨਾਲ ਇਸ਼ਾਰਾ ਕਰਨੀ ਪਾ ਰਹੇ ਹੋ ਕਿ ਕਾਸ਼ ਉਹ ਅਬਲਾ ਸਾਨੂੰ ਪਿਆਰ ਕਰੇ ਤੇ ਇੰਨੇ ਵਿੱਚ ਮੈਂ ਉਸ ਪਿੱਪਲ ਹੇਠ ਜਾਂਦਾ ਹਾਂ ਤੇ ਆਪਣੀ ਚਿੱਟੀ ਦਾਣੀ ਨਾਲ ਉਸ ਸੁੰਦਰੀ ਨਾਲ ਕੁਝ ਗੱਲਾਂ ਕਰਨਾ ਹੀ ਚਾਹੁੰਦਾ ਹਾਂ ਕਿ ਉਹ ਡਰ ਕੇ ਨਸ ਜਾਂਦੀ ਹੈ ਤੇ ਮੈਂ ਪਿੱਪਲ ਹੇਠ ਬੈਠ ਕੇ ਸੁੰਦਰੀ ਦੇ ਪਿਆਰ ਦੇ ਸੋਹਲੇ ਜੋਣਨ ਲੱਗਾ ਹਾਂ ਮਨਜੀ ਅੱਧ ਤਾਂ ਆਪ ਨੇ ਜਿਹੜੀਆਂ ਪਾਈਆਂ ਸੋ ਹੁਣ ਕਿਧਰੇ जान नहीं दें दिया, छेड़ खूबां से चली जाए आप कह रहे हो प्यार नहीं तो दुश्मनी ही सही पर आपदा की कसूर है कसूर तो साढ़ा है जो आप दे पिछे लगे आप कोई बारों त नहीं आए सौ मेरे अंदर दी ही बीमारी है सो इन्नी आवाजारी किस गल कि संकल्प दी खे छानन तुर पे आपने रब न कण दि आप कुछ ਜੋਖ ਕੇ ਕੁਝ ਆਪਣੀਆਂ ਅਕਲਾਂ ਨਾਲ ਸੋਚ ਕੇ ਕੁਝ ਦਾਣਾਈ ਦੀ ਚੋਣਾ ਕਰਕੇ ਰਬ ਨੂੰ ਭੁਲਾ ਬੈਠੇ ਭੁਲਾ ਕੇ ਇਤਫਾਕ ਨਾਲ ਕਿਸੇ ਚੰਗੇ ਸਿੱਟੇ ਤੇ ਅਪੜ ਪੈੰਦੇ ਤਦ ਵੀ ਕੁਝ ਧਾਰਸ ਹੁੰਦੀ ਪਰ ਸੰਕਲਪ ਜਿਹੜੇ ਇਵੇਂ ਲੁਬਾਇਮਾਨ ਦਿਸਦੇ ਸਨ ਜਦ ਹੱਥ ਵਿੱਚ ਫੜੇ ਤਦ ਖੇ ਹੋ ਗਏ ਕਦੀ ਹੋਸ਼ ਨਾ ਆਈ ਜਦ ਸਭ ਹੋਸ਼ਾ ਨੂੰ ਤਿਆਗ ਕਰਨ ਦੀ ਕੀਤੀ ਤੇ ਸੰਕਲਪਾਂ ਦੀ ਇਕਾਂਤ ਠਾਨੀ ਤਦ ਹੁਣ ਸੰਕਲਪਾਂ ਨੇ ਹੋਰ ਤੇ ਇਸ ਪਾਸੇ ਦੇ ਰੂਪ ਤਾਰੇ ਚਲੋ ਹੱਥ ਵਿੱਚ ਕਾਸਾ ਲੈ ਫਕੀਰ ਰਮਤੇ ਬਣੀ ਤੇ ਆਪਣੇ ਰੱਬ ਨੂੰ ਰਜਾਈਏ ਸਜਦਾ ਕਰੂੰਗਾ ਤੁਝੇ ਹੱਥ ਤੋਂ ਕਰ ਦੁਨੀਆ ਸੇ ਮੈਂ ਉਹ ਨਹੀਂ ਕਿ ਯਾਦ ਕਰੂੰ ਬੇਵਜੂ ਤੇਰੀ ਕਈ ਵੇਰੀ ਇਹੋ ਜਿਹੀ ਵਹਿਸ਼ ਜਛਾਈ ਕਿ ਕਪੜੇ ਫਾੜ ਘਰੋਂ ਬਾਹਰੋਂ ਕੰਮੋਂ ਕਾਜੋਂ ਬਾਲ ਬੱਚੇ ਥੀ ਨਸਕੇ ਹਿਮਾਨਾ ਵਾਂਗ ਜੰਗਲਾਂ ਵਿੱਚ ਜਾ ਵਸੇ ਕਿ ਰਬ ਨੂੰ ਟੋਲੀਏ ਪਰ ਧੋਖੇ ਖ ਖ ਕੁਛ ਆਪਣੇ ਅਸਲੇ ਦੀ ਸੋ ਲੱਗ ਚੁੱਕੀ ਸੀ ਤੇ ਆਪਣਾ ਪੁਰਾਣਾ ਉਹੋ ਹੀ ਮਨ ਐਸੇ ਗੇਰੂ ਕਪੜੇ ਪਾਏ ਭਰਮ ਰਮਾਏ ਹੱਥ ਵਿੱਚ ਠੂਠਾ ਲਿਆ ਸਾਧ ਦੇ ਰੂਪ ਵਿੱਚ ਬੇਰੂਪੇ ਵਾਂਗ ਸਿਆਣ ਲਿਆ ਹਸਿਆ ਤੇ ਛਾਈ ਮਾਈ ਹੋ ਗਿਆ ਮੁਧ ਤਾਂ ਲੰਗ ਗਈਆਂ ਸਿਰ ਤੱਲੇ ਸੁੱਟ ਬੈਲ ਵਾਂਗੂ ਹਲ ਅੱਗੇ ਜੁੱਤ ਤੁਰ ਪਿਆ ਸੰਕਲਪ ਕੀ ਕਰਨ ਗਲ ਤਾਂ ਕਿਦਰੇ ਹੋਰਥੇ ਮੁਗਦੀ ਹੈ ਪਰ ਕਈ ਮਿੱਤਰ ਆਏ ਭਾਈ ਤੂੰ ਚੰਗਾ ਲਿਖਣਾ ਹੈ ਤੂੰ ਚੰਗਾ ਬੋਲਣਾ ਹੈ ਤੇਰੀ ਬੜੀ ਲੋੜ ਹੈ ਬੈਲ ਦੀ ਲੋੜ ਨਹੀਂ ਘੋੜੇ ਦੀ ਲੋੜ ਨਾਮੁਨ ਕਰ ਕੀਤੀ ਆਜੀ ਕੀਤੀ ਮੈਂ ਕਿਸ ਜੋਗ ਸਭਨੋ ਕੇ ਅੰਦਰੋਂ ਕੁਝ ਖੁਸ਼ ਹੋਇਆ ਕਿ ਹੋਸੀ ਇਹ ਨਿਕਮਾ ਜਿਹਾ ਬੁੱਢਾ ਸ਼ਰੀਰ ਵੀ ਆਖਰ ਕਿਸੇ ਜੋਗ ਨਿਕਲਿਆ ਇਹ ਤਾਂ ਇਨਾਂ ਲੋਕਾਂ ਦਾ ਸੰਕਲਪ ਐ ਸਾਡਾ ਤਾਂ ਨਹੀਂ ਇਹ ਤਾਂ ਕੋਈ ਵੈਗਰੂ ਦੀ ਹੀ ਮਰਜ਼ੀ ਹੈ ਉਸ ਤਾਂ ਵਕਤ ਟਾਲਿਆ ਪਰ ਲੱਗੇ ਸੋਚਣ ਕਿ ਪੰਜਾਲੀ ਹੁਣ ਗਲੋਂ ਲਾਹੀ ਦਈਏ ਤਾਂ ਠੀਕ ਹੈ ਅਕਾਲ ਹੁਕਮ ਏ ਹੈ ਪਰ ਫਿਰ ਮਿਹਰ ਹੋਈ ਤੇ ਸਾਹਮਣੇ ਹਾਂਸੂ ਹਾਂਸੂ ਕਰਦਾ ਉਹ ਆਪਣਾ ਪੁਰਾਣਾ ਮਿੱਤਰ ਸਾਖਿਆਤ ਆਪ ਉਹਨਾਂ ਸਮੂਹਾ ਦੇ ਸੰਕਲਪ ਵਿੱਚ ਖੜੇ ਦਿਸੇ ਨਾ ਭਾਈ ਬਹੁਤ ਲੰਘ ਗਈ ਹੁਣ ਥੋੜੀ ਰਹਿ ਗਈ ਹੈ ਸਾਰੀ ਉਮਰ ਗੁਨਾਹਾਂ ਬੀਤੀ ਅੱਗੇ ਸੰਭਲ ਚਲੋ ਨੰ ਲਾਲਾ ਜੋ ਵੀ ਤੀਸੋਂ ਬੀਤੀ ਤੇ ਆਪ ਨੇ ਕੀ ਅਖੜ ਖਾਣੀ ਚੁੱਕੀ ਹੈ ਚਲੋ ਭਾਈ ਧਰਮ ਪ੍ਰਚਾਰ ਕਰੀਏ ਇਹ ਵੀ ਆਪ ਦੀ ਖੇਡ ਹੈ ਕਿਉਂ ਇਹ ਰੱਬ ਦੀ ਮਿਹਰ ਹੈ ਜਦ ਬਾਲਕ ਵਾਂਗ ਰੋਇਆ ਉਹ ਮਾਂ ਵਾਂਗ ਦੌੜ ਕੇ ਆਏ ਪਿਆਰ ਕੀਤਾ ਸਾਫ ਸੁਥਰਾ ਕੀਤਾ ਖੀਰ ਪਿਆ ਲਿਆ ਲੋਰੀ ਦਿੱਤੀ ਸੁਵਾ ਦਿੱਤਾ ਪਰ ਸਾਡੇ ਅਮਲ ਤਾਂ ਇਹ ਹਨ ਕਿ ਰੋਜ਼ ਤੋਬਾ ਤੇ ਰੋਜ਼ ਯਾਰੀ हे ਰੱਬਾ ਜੇ ਐਤ ਕੀ ਬਚਾ ਲਵੇਂ ਤੇ ਸਦਾ ਫਿਰ ਤੇਰੀ ਨੌਕਰੀ ਕਰਨੀ ਜੇ ਇਸ ਔਕਣੋਂ ਕਢ ਲਵੇਂ ਤੇ ਤੇਰੇ ਬੂਏ ਤੇ ਬੁਹਾਰੀ ਸਦਾ ਦੇਵਾਂਗਾ हे रब जो मेरी इस्तरी होन वल कर दे त तद, तद मैं अपना सारा जीवन तेरे वेड़े विच गुजारंगा रब जी जे इस शर्मसारी बदनामी थी बचावे जे इस वेरी मेरा पर्दा ढक देवे मैं एक अयाणी स्त्री नु जिस मेरे ते भरोसा कीता उस थी धोखा दित्ता है ਪਿਆਰ ਦੀ ਥਾਂ ਮੈਂ ਉਸ ਨਾਲ ਧੋਖਾ ਮਾਇਆ ਹੈ ਤੇ ਹੁਣ ਲੋਕ ਕੀ ਆਖਣਗੇ ਜੇ ਮੇਰਾ ਪਾਜ ਖੁੱਲ ਗਿਆ ਮੇਰੇ ਬਾਲ ਬੱਚੇ ਕੀ ਆਖਣਗੇ ਜੇ ਮੈਂ ਚੁਰਾਹੇ ਵਿੱਚ ਖੜਾ ਕਰ ਦਿੱਤਾ ਤੇ ਸਾਰਾ ਸ਼ਹਿਰ ਮੇਰੇ ਪਰ ਥੁਕੇਗਾ हे ਰੱਬਾ ਮੇਰੇ ਇਸ ਕਰਮ ਉੱਪਰ ਆਪਣੀ ਚਾਦਰ ਦੇ ਮੇਰੀ ਲਾਜ ਰੱਖ ਇਹ ਭੇਦ ਮੇਰਾ ਕਿਸੇ ਨੂੰ ਪਤਾ ਨਾ ਲੱਗੇ ਜੇ ਇਹ ਕਰਾਮਾਤ ਕਰੋ ਤਦ ਮੈਂ ਫਿਰ ਕਦੀ ਨਾ ਮੁਖ ਮੋੜਸਾ हे रब्बा मैं इकरार कर बैठा हां जो पूरा ना करा तद मैनु ते सारे मेरे पल्ले लगया नु दुख हुंदा रहेगा ए करामत करो मेरा इकरार पूरा कर दियो ए हुंडी जरूर तर जाए ते फिर मैं जे काफर होवा तद मैनु कोई ठाठ होई ना देओ हे रब्बा विघ्नी मैथी तुसी सवार दियो तेरा जो होया आप दे नाम बिरदी खातिर मेरी रख विखावो हे रब्बा ए, ए संकल्प बस आखरी है ए पूर्ण होवे तद मैं सदा आप दी चरण तोड विच निवास करंगा इउ ही सारी उमर लग गई रब ने हर वेले सब कुछ कीता शर्म शान इज्जत सब कुछ हाथ दे के रखे पा बख्शे गुनाह ऊपर परदे पाए दुश्मना नु टालेया दुखान नु परे कीता ਰੱਬ ਨੇ ਸਭ ਕੁਝ ਕੀਤਾ ਜੋ ਕੀਤਾ ਰੱਬ ਨੇ ਕੀਤਾ ਮੈਂ ਪਾਮਰ ਪਾਸੋਂ ਕੁਝ ਵੀ ਨਾ ਹੋ ਸਕੇ ਸਾਰੀ ਉਮਰ ਪਿਛੋ ਉਹ ਕੁੱਤੇ ਦਾ ਕੁੱਤਾ ਉਹ ਭੁੱਖ ਟੁਕੜ ਦੀ ਉਹ ਹੀ ਭੋਗ ਦੀ ਉਹ ਲਾਲਸਾ ਚੋਰੀ ਦੀ ਯਾਰੀ ਦੀ ਉਹ ਹੀ ਆਦਤਾਂ ਆਪ ਨੂੰ ਵੱਡਾ ਤੇ ਦੂਜੇ ਨੂੰ ਨੀਵਾ ਸਮਝਣ ਦੀਆਂ ਉਹ ਹੀ ਜੋ ਕੁਝ ਪਹਿਲੇ ਦਿਨ ਜਦ ਥੀ ਸਵਰਗ ਥੀ ਉਥਾਨ ਸੀ ਹੁਣ ਤੱਕ ਹੈ ਹੁਣ ਅੱਜ ਜਦ ਇਹ ਲਿਖ ਰਿਹਾ ਹਾਂ ਸ਼ਾਮ ਦਾ ਵੇਲਾ ਹੈ ਮੀ ਆਪਣਾ ਤੇਜ਼ ਛੜਾਕਾ ਦੇ ਕੇ ਹਟਿਆ ਹੈ ਕਾਲੇ ਬੱਦਲ ਹਾਲੇ ਆਸਮਾਨ ਵਿੱਚ ਫਿਰ ਰਹੇ ਹਨ ਤੇ ਸੂਰਜ ਨੇ ਪੱਛਮ ਵਿੱਚ ਇੰਨੀ ਗੂੜੀ ਲਾਲੀ ਦੀ ਛਟਾ ਕੀਤੀ ਹੈ ਕਿ ਅੱਖ ਵੇਖ ਕੇ ਹੈਰਾਨ ਹੈ ਕਿ ਇੱਕ ਦੁਨੀਆ ਵਿੱਚ ਕਿਸ ਤਰ੍ਹਾਂ ਲਾਲ ਗੁਲਾਬਾਂ ਦੇ ਖਿਹੜੇ ਫੁੱਲਾਂ ਦੇ ਹੜ ਆ ਗਏ ਸੋਹਣੀ ਇਕਾਂਤ ਹੈ ਨਹੀਂ ਇਕਾਂਤ ਨਹੀਂ ਬਦਲ ਹਨ ਨਾਤੇ ਤੋਤੇ ਬ੍ਰਿਜ ਕੋਈ ਕੋਈ ਇਉਂ ਖੜੇ ਹਨ ਜਿਵੇਂ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਹਨ अनेका ਕਾਦੇ ਬੂਟੇ ਆਪਣੇ ਪ੍ਰਾਪਤ ਫੁੱਲਾਂ ਨੂੰ ਹਵਾ ਨਾਲ ਉਛਾਲ ਰਹੇ ਹਨ ਸੂਰੇ ਨੇ ਆਪਣੀ ਲਾਲ ਫੁਲਵਾੜੀ ਦੀ ਮਹਿਮਾ ਬੜੇ ਉੱਚੀ ਸੁਰ ਦੇ ਰਾਗ ਦੀ ਤਰ੍ਹਾਂ ਇੱਕ ਅਲਾਪ ਰੂਪ ਵਿੱਚ ਸਜਾਈ ਹੈ ਇਹ ਇਕਾਂਤ ਨਹੀਂ ਬੜੀ ਗਹਿਮਾ ਗੈਮ ਹੈ ਤੇ ਇਹ ਸਭ ਕੁਝ ਵੇਖ ਕੇ ਮੈਂ ਕਿਹਾ ਹੇ ਮਨ ਜੀ ਤੁਸੀਂ ਜੋ ਉੱਚੇ ਉਪਦੇਸ਼ ਕਰਨ ਚੜਨ ਦੀ ਅਜ ਵੀ ਮਤ ਦੇਂਦੇ ਸੋ ਇਹ ਦੱਸੋ ਕਿ ਸੂਰਜ ਤੇ ਆਪਣੇ ਦਿਲ ਦੇ ਪੋਸਤ ਵਰਗੇ ਲਾਲ ਫੁੱਲਾਂ ਨਾਲ ਆਕਾਸ਼ ਹਣਕ ਨਾਲ ਭਰ ਦੇਵੇ ਮੇਰੇ ਪਾਸ ਅੱਜ ਇੱਕ ਕਵਲ ਵੀ ਖਿਲੇ ਆ ਨਾ ਹੋਵੇ ਮੇਰੇ ਦਿਲ ਦੇ ਮੰਦਰ ਦਾ ਦੀਵਾ ਵੀ ਬੁਝਿਆ ਹੋਵੇ ਮੈਨੂੰ ਸੰਕਲਪ ਉਠਣ ਕੇ ਚਲੋ ਉਪਦੇਸ਼ ਕਰੀਏ ਪਾਵੇਂ ਆਪ ਇਕਾਂਤ ਵਿੱਚ ਇਸ ਵਸੋਂ ਨੂੰ ਇਕਾਂਤ ਮੰਨਦੇ ਇਕ ਵਹਿਮ ਜੇ ਵਿੱਚ ਆਪਣੇ ਦਿਲ ਨੂੰ ਮਿੱਤਰਾਂ ਦੇ ਮਿਲਣ ਗਿਲਣ ਦੇ ਸ਼ੌਕ ਵਿੱਚ ਹੋ ਉਹੋ ਉਹੋ ਇਹ ਵੀ ਆਪ ਦਾ ਹੀ ਸੰਕਲਪ ਹੀ ਹੈ ਮੈਂ ਨਿਕਾਰਾ ਕੀ ਤੇ ਉਪਦੇਸ਼ ਕੀ ਪੱਥਰ ਕਿਥੇ ਤੇ ਹੀਰਾ ਬਾਦਸ਼ਾਹਾਂ ਦੇ ਤਾਜਾਂ ਵਿੱਚ ਲੱਗਣ ਵਾਲਾ ਕਿਥੇ ਉਹ ਮੈਂ ਜਿਹੜਾ ਕਿਸੇ ਨਾਲ ਇੱਕ ਮਿੱਠੀ ਸਰਲ ਸਾਦਾ ਮਿੱਤਰਤਾ ਨਾਲ ਨਾ ਨਿਭ ਸਕਿਆ ਸਦਾ ਆਪਣੇ ਸੁੱਖ ਲਈ ਦੂਜਿਆਂ ਨੂੰ ਦੁੱਖ ਦੇਂਦਾ ਰਿਹਾ ਆਪਣੇ ਵਹਿਮ ਮਗਰ ਲੱਗ ਕੇ ਦੂਜਿਆਂ ਦੀ ਆਜ਼ਾਦੀ ਖੋਹਦਾ ਰਿਹਾ ਮੈਂ ਜੇ ਆਪ THੀ ਬਚ ਕੇ ਹੁਣ ਵੀ ਬਚਾਂ ਤਦ ਉਹ ਸੱਚਾ ਪਾਤਸ਼ਾਹ ਮਾਫ ਕਰ ਦੇਵੇਗਾ ਉਥੇ ਤਾਂ ਸਦਾ ਮਿਹਰਾਂ ਬਖਸ਼ਾਈਆਂ ਹਨ ਗੱਲ ਇੰਨੀ ਹੀ ਹੈ ਕਿ ਸੰਕਲਪ ਚੰਗੇ ਬੁਰੇ ਅੰਦਰ ਦੇ ਮੰਦਰ ਸਵਰਗਾ થી ਮੱਲੂ ਮਲੀ ਉਥਾਨ ਕਰਦੇ ਹਨ ਬਾਹਰ ਲਿਆ ਸੁੱਟਦੇ ਹਨ ਹਾਂਜੀ ਸੰਕਲਪ ਚੰਗੇ ਬੁਰੇ ਅੰਦਰ ਦੇ ਮੰਦਰ ਸਵਰਗਾ થી ਮੱਲੂ ਮਲੀ ਉਥਾਨ ਕਰਦੇ ਹਨ ਤੇ ਬਾਹਰ ਲਿਆ ਸੁੱਟਦੇ ਹਨ ਤੇ ਬਸ ক্রিকেট ਦੀ ਖੇਡ ਵਾਲੀ ਗੱਲ ਹੈ ਕਿ ਸਜਣਾ ਸੈਂਟਰ થી ਜ਼ਰਾ ਬਾਹਰ ਹੋਇਆ ਤੇ ਮੋਇਆ ਇਉ ਸਾਰੀ ਉਮਰ ਮਰ ਮਰ ਕੇ ਵੀ ਹਾਲੇ ਜ਼ਿੰਦਗੀ ਦੀ ਸੋਜੀ ਨਹੀਂ ਹੋਈ ਰਬ ਪਾਸ ਖੜਾ ਹੈ ਤੇ ਹੱਥ ਵਿੱਚ ਤਾਕਤ ਨਹੀਂ ਕਿ ਆਪਣਾ ਬੂਹਾ ਹੀ ਚਾਕ ਖੋਲਾਂ ਜੀਭ ਹਿਲਦੀ ਨਹੀਂ ਕਿ ਆਖਾਂ ਆਓ ਇਸ ਨਿਮਾਣੀ ਝੁੱਗੀ ਟਹਿਠੀ ਬਿਹਾਲ ਹੋਈ ਝੁੱਗੀ ਵਿੱਚ ਚਰਨ ਪਾਵ ਸੋ ਹੈ ਪਾਵੇਂ ਬੁਢੇਪੇ ਦੀ ਗੱਲ ਪਰ ਸੱਚ ਇਹ ਹੈ ਕਿ ਬੈਲ ਬਣੀਏ ਪੰਜਾਲੀ ਪਾਈਏ ਹੂੰ ਵੀ ਦਾਦਾ ਹੂੰ ਜਿੱਧਰ ਖਸਮ ਦੀ ਰਜ਼ਾ ਉਧਰ ਹਾਲੀਆਂ ਹਲਵਾਨ ਮਨ ਜੀ ਆਪ ਵੀ ਨਿਸਲ ਹੋ ਬਹਿ ਜਾਓ ਮਨ ਜੀ ਆਪ ਵੀ ਨਿਸਲ ਹੋ ਬਹਿ ਜਾਓ ਇਹ ਘੋੜ ਦੌੜ ਛੱਡੋ ਬਲ ਦੇ ਰੂਪ ਵਿੱਚ ਜੀਵਨ ਬਾਕੀ ਤਾਂ ਨੇਰੀ ਮੌਤ ਜੇ ਜਿਹੜੀ ਖੁਸ਼ੀ ਹੈ ਉਹ ਪੀੜਾ ਹੈ ਜਿਹੜੀ ਕਾਮਯਾਬੀ ਹੈ ਉਹ ਸੱਚ ਥੀ ਵਿਛੋੜਾ ਹੈ ਜਿਹੜੀ ਤਰੱਕੀ ਹੈ ਉਹ ਹੀਰਾ ਰੂਹ ਦਾ ਮੂਲ ਪੱਥਰ ਹੋ ਜਾਣਾ ਹੈ ਸੱਚ ਪੁੱਛੋ ਤਦ ਕਿਸ ਕਰਕੇ ਆਪ ਸਦਾ ਅਨੇਕ ਰੰਗ ਰੰਗ ਦੇ ਫੰਗ ਮੇਰੀ ਪਗੜੀ ਉੱਤੇ ਲਟਕਾਉਂਦੇ ਰਹੇ ਹੋ ਅੰਦਰ ਵੜ ਕੇ ਅੱਜ ਤੱਕਿਆ ਜੀ ਦਿਲ ਵਿੱਚ ਇੱਕ ਕੱਲੀ ਵੀ ਖਿੜੀ ਹੋਈ ਨਹੀਂ ਕੀ ਇਹ ਜੀਵਨ ਹੈ ਫੁੱਲਾਂ ਦੇ ਗੀਤ ਗਾਉਣੇ ਤੇ ਆਪਣੇ ਅੰਦਰ ਦੇ ਨੰਦਨ ਬਨ ਵਿੱਚ ਸ਼ੂਨੇ ਹੋਣੇ ਬਸ ਹੁਣ ਮੋਹਿਆਂ ਨੂੰ ਕਿਉਂ ਛੇੜਦੇ ਹੋ ਅਜ 48 ਸਾਲ ਵਿੱਚੋਂ 12 ਸਾਲ ਜਾਂ 15 ਸਾਲ ਕੱਢਦੇ ਹੋ 35 ਸਾਲ ਜੇ ਸੰਕਲਪਾਂ ਦੇ ਮਗਰ ਲਗਿਆਂ ਕੁਝ ਨਹੀਂ ਬਣਿਆ ਜੇ ਬਣਿਆ ਹੈ ਤਦ ਉਹਨਾਂ ਹੀ ਵਿਗਾੜਿਆ ਹੈ ਕਿਸੇ ਨਾਲ ਆਖਰ ਨਾ ਨਿਭੀ ਕੀ ਬਣਿਆ ਸੋ ਹੁਣ ਮਰ ਜਾਓ ਮਤੇ ਮਰ ਕੇ ਕੁਛ ਸਿਧੋਗੇ ਸਿਧ ਨਾ ਹੋਵੇ ਹੁਣ ਅੱਗੋਂ ਖੇਤਾਂ ਨਾ ਛਾਣੀਏ ਘਟਾ ਤਾਂ ਮੂੰਹ ਤੇ ਨਾ ਪਵੇ ਸੂਰੈ ਨੂੰ ਤਕੀਏ ਚੰਨ ਨਾਲ ਹਸੀਏ ਮਤੇ ਸਾਡੇ ਦਿਲ ਦਾ ਚੰਨ ਆਪ ਹੀ ਚੜਪਵੇ ਸਾਡੀ ਵੀ ਈਦ ਦਾ ਦਿਨ ਆਵੇ ਤੇ ਉਹ ਮੋਤ ਸੁਭਾਗੀ ਹੋਵੇ ਜੇ ਸ਼ਰੀਰ ਦੇ ਮੁਰਣ ਉੱਤੇ ਆਪਣੇ ਗੁੰਮੇ ਸਵਰਗ ਨੂੰ ਮੂਣ ਪ੍ਰਾਪਤ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ